ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਦੇਖਦਿਆਂ ਲਗਾਏ ਗਏ ਕਰਫਿਊ ਨਾਲ ਪੰਜਾਬ ਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਗਰੀਬ ਲੋਕ ਵੀ ਖਾਣ ਪੀਣ ਦੀਆਂ ਵਸਤੂਆਂ ਤੋਂ ਵਾਂਝੇ ਹੁੰਦੇ ਦਿਖਾਈ ਦੇ ਰਹੇ ਨੇ ਅਤੇ ਉਹਨਾਂ ਤੱਕ ਲੰਗਰ ਅਤੇ ਬਾਕੀ ਦੀਆਂ ਰਸਦਾਂ ਪਹੁੰਚਾਉਣ ਦਾ ਕੰਮ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਤੇ ਲੀਡਰਾਂ ਵੱਲੋਂ ਸ਼ੁਰੂ ਕਰ ਦਿੱਤਾ ਗਿਆ। ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ ਵਿਧਾਇਕ ਮੀਤ ਹੇਰ ਨੇ ਵੀ ਇਸ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਆਪਣੇ ਹਲਕੇ ਦੇ ਵਿੱਚ ਗਰੀਬ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਇੱਥੇ ਮੀਤ ਹੇਰ ਨੇ ਇਹ ਵੀ ਆਖਿਆ ਕਿ ਜਿਹੜੇ ਲੋਕ ਰਾਸ਼ਨ ਦੀ ਥੈਲੀ ਦੇਖ ਕੇ ਉਹਨਾਂ ਨਾਲ ਫੋਟੋਆਂ ਖਿਚਵਾਉਂਦੇ ਨੇ ਇਹ ਗਰੀਬਾਂ ਦਾ ਮਜ਼ਾਕ ਉਡਾ ਰਹੇ ਨੇ। ਮੀਤ ਹੇਰ ਨੇ ਉਹਨਾਂ ਲੋਕਾਂ ਨੂੰ ਵੀ ਨਸੀਹਤ ਦਿੱਤੀ ਹੈ ਜੋ ਦਾਨ ਦੇਣ ਦੇ ਬਹਾਨੇ ਆਪਣੀ ਪਬਲਿਸਿਟੀ ਕਰ ਰਹੇ ਨੇ। ਕਿਸ ਤਰ੍ਹਾਂ ਵਿਧਾਇਕ ਮੀਤ ਹੇਰ ਨੇ ਆਪਣੇ ਵੱਲੋਂ ਰਾਸ਼ਨ ਵੰਡਣ ਦੀ ਸ਼ੁਰੂਆਤ ਕੀਤੀ ਹੈ ਅਤੇ ਉਹਨਾਂ ਲੋਕਾਂ ਨੂੰ ਵੀ ਨਸੀਹਤ ਦਿੱਤੀ ਹੈ ਜੋ ਇਸ ਮੌਕੇ ਵੀ ਸਿਆਸਤ ਕਰ ਰਹੇ ਨੇ, ਤੁਸੀਂ ਖੁਦ ਹੀ ਦੇਖ ਲਓ। ਅੱਜ ਮੈਂ ਬਰਨਾਲੇ ਵਿਖੇ ਸਾਡੀ ਸਮੁੱਚੀ ਟੀਮ ਜਿਹੜੀ ਪਿਛਲੇ ਕਈ ਦਿਨਾਂ ਤੋਂ ਪ੍ਰਸ਼ਾਸਨ ਦੇ ਨਾਲ ਲੱਗ ਕੇ ਲੋਕਾਂ ਦੀ ਰਿਲੀਫ 'ਚ, ਲੋਕਾਂ ਦੀ ਸੇਵਾ 'ਚ ਰਾਸ਼ਨ ਪਹੁੰਚਾਉਣ 'ਤੇ ਲੱਗੀ ਹੋਈ ਹੈ, ਉਹ ਅੱਜ ਵੀ ਸਾਡੀ ਟੀਮ ਸੁਬਾਹ ਤੋਂ ਲੱਗੀ ਹੋਈ ਹੈ। ਤਕਰੀਬਨ 1000 ਪਰਿਵਾਰ ਦਾ ਖਾਣਾ ਸਾਡੇ ਸਾਰੇ ਜਿਹੜੇ ਸਾਥੀ ਨੇ ਇਲਾਕੇ ਜਿਹੜੇ ਨੇ ਉਹ ਪੈਕ ਕਰ ਚੁੱਕੇ ਹਾਂ। ਸੋ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਅਸੀਂ ਸਾਰੇ ਜਿਹੜੇ ਲੋਕ ਹਾਂ ਇਕੱਠੇ ਹੋ ਕੇ ਰਲ ਕੇ ਅਸੀਂ ਸਾਰੇ ਮਿਹਨਤ ਕਰਕੇ ਇਸ ਬਿਮਾਰੀ ਦੇ ਵਿੱਚ ਦੂਜੇ ਦੇਸ਼ਾਂ ਨਾਲ ਕੰਪੈਰੀਜ਼ਨ ਕਰੀਏ ਤਾਂ ਅਸੀਂ ਬੜੀ ਮਜ਼ਬੂਤੀ ਨਾਲ, ਕਿਉਂਕਿ ਸਰਕਾਰਾਂ ਨੇ ਵੀ ਸਾਡੀਆਂ ਨੇ ਠੀਕ ਸਮੇਂ 'ਤੇ ਸਟੈਪ ਲਏ, ਕਰਫਿਊ ਲਾਇਆ ਗਿਆ, ਉਸ ਤੋਂ ਬਾਅਦ ਪ੍ਰਸ਼ਾਸਨ ਨੇ, ਮੈਂ ਬਰਨਾਲੇ ਜ਼ਿਲ੍ਹੇ 'ਚ ਵੀ ਦੇਖ ਰਿਹਾ, ਪੰਜਾਬ 'ਚ ਵੀ ਦੇਖ ਰਿਹਾ, ਬੜੀ ਮਿਹਨਤ ਕੀਤੀ ਅਤੇ ਲੋਕਾਂ ਨੇ ਵੀ ਉਹਦਾ ਪੂਰਾ ਸਾਥ ਦਿੱਤਾ, ਜਿਹਦੇ ਕਰਕੇ ਅੱਜ ਬਿਮਾਰੀ ਦੂਜੇ ਦੇਸ਼ਾਂ ਦੇ ਕੰਪੈਰੀਜ਼ਨ ਦਿੱਤੇ ਹਜ਼ਾਰਾਂ, ਅਮੈਰੀਕਾ ਦੇਖੀਏ, ਯੂਰਪ ਦੇ ਦੇਸ਼ ਦੇਖੀਏ, ਰੋਜ਼ ਹਜ਼ਾਰਾਂ ਮਰੀਜ਼ ਆ ਰਹੇ, ਉਹਦੇ ਹਿਸਾਬ ਨਾਲ ਅਸੀਂ ਕਾਫੀ ਇਸ ਬਿਮਾਰੀ ਵਿਰੁੱਧ ਲੜਾਈ ਨੂੰ ਅਸੀਂ ਜਿਹੜਾ ਇਹਨੂੰ ਬਿਮਾਰੀ ਨੂੰ ਕੰਟਰੋਲ ਕੀਤਾ। ਅਤੇ ਮੈਂ ਜੇ ਸਾਡੇ ਬਰਨਾਲੇ ਜ਼ਿਲ੍ਹੇ ਦੀ ਗੱਲ ਕਰਾਂ, ਅਸੀਂ ਰੋਜ਼ਾਨਾ ਮੇਰੀ SSP ਸਾਹਿਬ ਨਾਲ, DC ਸਾਹਿਬ ਨਾਲ ਗੱਲ ਹੋ ਰਹੀ ਹੈ, ਸਾਰੇ ਬੜੀ ਮਿਹਨਤ ਕਰ ਰਹੇ ਆ, ਲੋਕਾਂ ਦੇ ਸਹਿਯੋਗ ਦੇ ਨਾਲ ਕਰ ਰਹੇ ਆ। ਅਤੇ ਅੱਗੇ ਤੋਂ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਅਪੀਲ ਕਰਨੀ ਹੈ ਅਤੇ ਅਸੀਂ ਇਸੇ ਤਰ੍ਹਾਂ ਸਰਕਾਰ ਦਾ, ਪ੍ਰਸ਼ਾਸਨ ਦਾ ਸਾਥ ਦਿੰਦੇ ਰਹੀਏ, ਕਿਉਂਕਿ ਬਿਮਾਰੀ ਤੋਂ ਜਿੱਤਣਾ ਸਾਡੇ ਹਿੰਦੁਸਤਾਨ ਲਈ ਬੜਾ ਜ਼ਰੂਰੀ ਹੈ। ਮੈਨੂੰ ਪਤਾ ਹੈ ਕਿ ਜਦੋਂ ਸਟਾਰਟਿੰਗ ਸੀ ਉਦੋਂ ਕੋਈ ਪ੍ਰੋਬਲਮਾਂ ਵੀ ਆਈਆਂ, ਰਾਸ਼ਨਾਂ ਦੀਆਂ ਦੁਕਾਨਾਂ ਵੀ ਉਦੋਂ ਬੰਦ ਸੀਗੀਆਂ, ਦਵਾਈਆਂ ਵੀ ਲੋਕਾਂ ਤੱਕ ਨਹੀਂ ਪਹੁੰਚ ਰਹੀਆਂ ਸੀਗੀਆਂ, ਪਰ ਹੁਣ ਦਿਨੋਂ ਦਿਨ ਜਿਹੜੀਆਂ ਰਿਲੀਫ ਹੈ ਉਹ ਪ੍ਰਸ਼ਾਸਨ ਨੇ ਦੁਕਾਨਾਂ ਵੀ ਖੁਲਵਾ ਦਿੱਤੀਆਂ ਨੇ, ਲੋਕਾਂ ਦੇ ਘਰ ਤੱਕ ਰਾਸ਼ਨ ਵੀ ਜਾ ਰਿਹਾ ਹੈਗਾ, ਦਵਾਈਆਂ ਵੀ ਲੋਕਾਂ ਦੇ ਘਰ ਤੱਕ ਪਹੁੰਚ ਰਹੀਆਂ। ਅਤੇ ਪ੍ਰਸ਼ਾਸਨ ਲਗਾਤਾਰ, ਜੇ ਮੈਂ ਸਾਡੇ ਬਰਨਾਲਾ ਜ਼ਿਲ੍ਹੇ ਦੀ ਗੱਲ ਕਰਾਂ, ਲਗਾਤਾਰ ਸਾਡੇ SSP ਸਾਹਿਬ ਨੇ, DC ਸਾਹਿਬ ਨੇ, SDM ਸਾਹਿਬ ਨੇ, ਉਹ ਸਮਾਜ ਸੇਵੀ ਸੰਸਥਾਵਾਂ ਨੂੰ ਨਾਲ ਲੈ ਕੇ, ਉਹ ਜਿਹੜੇ ਹੋਰ ਜਿਹੜੇ ਸਮਾਜ ਸੇਵੀ ਲੋਕ ਨੇ, ਧਾਰਮਿਕ ਲੋਕ ਨੇ, ਉਹਨਾਂ ਨੂੰ ਨਾਲ ਲੈ ਕੇ, ਉਹਨਾਂ ਦੀ ਮਦਦ ਦੇ ਨਾਲ ਵੀ, ਸਰਕਾਰ ਦੀ ਮਦਦ ਦੇ ਨਾਲ ਵੀ, ਲਗਾਤਾਰ ਜਿਹੜੇ ਗਰੀਬ ਲੋਕ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਸੀ ਕਿ ਜਿਹੜੇ ਹੈਡ ਟੂ ਮਾਊਥ ਹੈ, ਜਿਹੜੇ ਵਿਚਾਰੇ ਸਵੇਰੇ ਕਮਾਉਂਦੇ ਸੀ, ਦਿਹਾੜੀ 'ਤੇ ਜਾਂਦੇ ਸੀ, ਸ਼ਾਮ ਨੂੰ ਉਹਨਾਂ ਦਾ ਹੀ ਆਪਣੇ ਬੱਚਿਆਂ ਲਈ ਰਾਸ਼ਨ ਲੈ ਕੇ ਆਉਂਦੇ ਸੀ, ਉਹ ਲੋਕ ਜਿਹੜੇ ਸਭ ਤੋਂ ਜ਼ਿਆਦਾ ਉਹਨਾਂ ਦੀ ਸੇਵਾ 'ਚ ਲਗਾਤਾਰ ਲੱਗੇ ਹੋਏ ਆ। ਮੈਨੂੰ ਪਤਾ ਕਿ ਕਮੀਆਂ ਪੇਸ਼ੀਆਂ ਹਜੇ ਵੀ ਰਹਿ ਰਹੀਆਂ ਹੋਣਗੀਆਂ, ਹੋ ਸਕਦਾ ਹਜੇ ਵੀ ਕਈ ਜਗ੍ਹਾ 'ਤੇ ਜਿਹੜਾ ਰਾਸ਼ਨ ਹੈ ਨਾ ਪਹੁੰਚ ਰਿਹਾ ਹੋਵੇ। ਸੋ ਮੈਂ ਇਹਦੇ ਸੰਬੰਧ 'ਚ ਹੀ ਇੱਕ ਦੋ ਬੇਨਤੀਆਂ ਜੋ ਪਿਛਲੇ ਦਿਨਾਂ 'ਚ ਚੱਲ ਰਹੀਆਂ ਉਹਦੇ ਸੰਬੰਧੀ ਮੈਂ ਤੁਹਾਨੂੰ ਕਰਨੀਆਂ ਚਾਹੁੰਦਾ ਕਿ ਜਿੱਥੇ ਸਾਡੀਆਂ, ਜੋ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਲੱਗੀਆਂ ਹੋਈਆਂ, ਸਾਡੇ ਸਾਰੇ ਧਾਰਮਿਕ ਸੰਸਥਾਵਾਂ ਲੱਗੀਆਂ ਹੋਈਆਂ ਲੋਕਾਂ ਦੀ ਸੇਵਾ 'ਚ, ਸਾਡੇ ਕਈ ਸਿਆਸੀ ਲੋਕ ਵੀ ਲੋਕਾਂ ਦੀ ਸੇਵਾ 'ਚ ਲੱਗੇ ਹੋਏ ਆ, ਉੱਥੇ ਨਾ ਜੋ ਮੈਂ ਇੱਕ ਦੋ ਚੀਜ਼ਾਂ ਜਿਹੜੀਆਂ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨੀਆਂ ਚਾਹੁੰਦਾ, ਜਿਹਦੇ ਨਾਲ ਮੈਂ ਸਮਝਦਾ ਕਿ ਸਾਡੇ ਆਉਣ ਵਾਲੇ ਸਮੇਂ 'ਚ ਕਿਤੇ ਜਾਣੇ ਅਣਜਾਣੇ 'ਚ ਸਾਥੋਂ ਨਾ ਨੁਕਸਾਨ ਨਾ ਹੋ ਜਾਵੇ ਪੰਜਾਬ ਦਾ, ਦੇਸ਼ ਦਾ, ਕਿਉਂਕਿ ਮੈਂ ਦੇਖ ਰਿਹਾ ਕਈ ਸਾਡੇ ਨਾ ਸਿਆਸੀ ਲੋਕ ਹਜੇ ਵੀ ਇਸ ਬਿਮਾਰੀ ਦੀ ਗੰਭੀਰਤਾ ਨੂੰ ਸਮਝ ਨਹੀਂ ਰਹੇ। ਕਈ ਮੈਂ ਰੋਜ਼ ਦੇਖਦਾ ਕਿ ਕਈ ਵੀਡੀਓਜ਼ ਦੇਖਦਾ, ਕਈ ਫੋਟੋਆਂ ਦੇਖਦਾ ਕਿ 20-20 ਆਦਮੀ, 50-50 ਆਦਮੀ ਫੋਟੋਆਂ ਕਰਵਾ ਰਹੇ ਆ, ਪਿੱਛੇ ਬੈਂਡਰ ਲਾ ਕੇ, ਪੋਸਟਰ ਲਾ ਕੇ, ਵੀ ਜੀ ਆਹ ਸਾਡੇ ਵੱਲੋਂ ਮੰਡਿਆ ਜਾ ਰਿਹਾ। ਮੈਨੂੰ ਇਹ ਦੱਸੋ ਜੇ ਆਪਾਂ 20 ਬੰਦਿਆਂ ਨੇ ਇਕੱਠੇ ਹੋ ਕੇ ਇੱਕ ਜਗ੍ਹਾ 'ਤੇ ਹੈ ਫੋਟੋਆਂ ਕਰਵਾਉਣੀਆਂ ਬਿਨਾਂ ਕਿਸੇ ਉਹਦੇ ਤੋਂ, ਤਾਂ ਮੈਨੂੰ ਇਹ ਦੱਸੋ ਫਿਰ ਜਿਹੜਾ ਸਰਕਾਰ ਦਾ ਸੋਸ਼ਲ ਡਿਸਟੈਂਸਿੰਗ ਦਾ ਕੰਸੈਪਟ ਹੈ, ਜਿਹੜੀ ਸਰਕਾਰ ਦਾ ਕੰਸੈਪਟ ਹੈ ਕਿ ਅਸੀਂ ਲੋਕਾਂ ਨੂੰ ਇਕੱਠੇ ਨਹੀਂ ਹੋਣ ਦੇਣਾ, ਚੇਨ ਤੋੜਨੀ ਹੈ, ਫਿਰ ਉਹਦੇ 'ਚ ਕਾਮਯਾਬ ਕਿੱਦਾਂ ਹੋਵਾਂਗੇ? ਨਾਲੇ ਤਾਂ ਤੁਸੀਂ ਸਰਕਾਰ ਦੇ ਕੰਸੈਪਟ ਨੂੰ ਫੇਲ ਕਰ ਰਹੇ ਹੋ। ਮੇਰੀ ਸਾਰੇ ਉਹਨਾਂ ਲੋਕਾਂ ਨੂੰ ਬੇਨਤੀ ਹੈ, ਮੈਨੂੰ ਨਹੀਂ ਪਤਾ ਤੁਸੀਂ ਜਾਣੇ ਅਣਜਾਣੇ ਕਿਉਂ ਕਰ ਰਹੇ ਹੋ, ਨਾਲੇ ਤੁਸੀਂ, ਮੈਨੂੰ ਇਹ ਨਹੀਂ ਲੱਗਦਾ ਤੁਸੀਂ ਆਪਦੇ ਆਪ ਸੋਚੋ, ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਜਿਹੜੇ ਉਹ ਗਰੀਬ ਬੰਦਾ ਜਿਹੜਾ 4 ਦਿਨ ਦਾ 5 ਦਿਨ ਦਾ ਭੁੱਖਾ ਹੈ, ਉਹਨਾਂ ਨੂੰ ਕਾਟੇ ਦੀ ਥੈਲੀ ਦੇ ਕੇ ਨਾਲ ਖੜਾ ਕੇ ਤੁਸੀਂ ਫੋਟੋ ਖਿੱਚ ਕੇ ਉਹਨੂੰ ਸਾਰੇ ਕਿਤੇ ਪਾ ਕੇ ਤੁਸੀਂ ਜਲੀਲ ਕਰ ਰਹੇ ਹੋ? ਸੋ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਸਿਆਸਤ ਕਰਨ ਲਈ ਸਾਡੇ ਕੋਲ ਬਹੁਤ ਸਮਾਂ ਪਿਆ, ਫੇਰ ਕਰ ਲਾਂਗੇ, ਪਰ ਇਹ ਸਮਾਂ ਇਕਜੁੱਟ ਹੋ ਕੇ ਦੇਸ਼ ਨੂੰ ਬਚਾਉਣ ਦੀ ਲੜਾਈ ਹੈ, ਇਨਸਾਨੀਅਤ ਦੀ ਸੇਵਾ ਕਰਨ ਦੀ ਲੜਾਈ ਹੈ।
ਸੋ ਇਸੇ ਕਰਕੇ ਅਸੀਂ ਸਾਰੇ ਇਕਜੁੱਟ ਹੋ ਕੇ ਅਸੀਂ ਥੋੜ੍ਹੇ ਜਿਹੇ ਰਾਜਨੀਤੀ ਛੱਡ ਦਈਏ। ਜੇ ਅਸੀਂ ਇਸੇ ਤਰ੍ਹਾਂ ਇਕੱਠ ਕਰਦੇ ਰਹਾਂਗੇ ਤਾਂ ਚੇਨ ਨਹੀਂ ਟੁੱਟਣੀ। ਜੇ ਚਾਈਨਾ ਵਰਗੇ ਦੇਸ਼ਾਂ ਨੇ ਇਹ ਬਿਮਾਰੀ 'ਤੇ ਕਾਬੂ ਪਾਇਆ, ਉਹਨਾਂ ਨੇ ਇੱਕੋ ਤਰੀਕੇ ਨਾਲ ਪਾਇਆ ਕਿ ਲੋਕਾਂ ਨੂੰ ਇੱਕ ਜਗ੍ਹਾ 'ਤੇ ਇਕੱਠੇ ਨਹੀਂ ਹੋਣ ਦਿੱਤਾ, ਆਈਸੋਲੇਟ ਕੀਤਾ ਲੋਕਾਂ ਨੂੰ ਆਪਣੇ ਘਰਾਂ 'ਚ। ਮੈਨੂੰ ਵੀ ਰੋਜ਼ ਡੀ ਸੀ ਸਾਹਿਬ ਐਸ ਐਸ ਪੀ ਸਾਹਿਬ ਨਾਲ ਗੱਲ ਹੁੰਦੀ ਹੈ, ਉਹਨਾਂ ਨੇ ਪ੍ਰਸ਼ਾਸਨ ਨੇ ਸਾਨੂੰ ਵੀ ਇਹੀ ਕਿਹਾ। ਮੈਨੂੰ ਕਿਹਾ ਜੀ ਤੁਸੀਂ ਲੋਕਾਂ ਜਾਓਗੇ ਤਾਂ ਉੱਥੇ 200 ਬੰਦੇ ਦਾ ਕੱਟ ਹੋ ਜੂਗਾ। ਜੇ 200 ਬੰਦੇ ਦਾ ਕੱਟ ਹੋਊਗਾ ਕਹਿੰਦੇ ਜੀ ਫਿਰ ਤਾਂ ਸਾਰਾ ਕਰਫਿਊ ਦਾ ਮਤਲਬ ਹੀ ਨਹੀਂ ਰਹਿਣਾ ਕੋਈ। ਸੋ ਇਸੇ ਕਰਕੇ ਅਸੀਂ ਵੀ ਆਪਣੇ ਘਰਾਂ 'ਚ ਪਹੁੰਚ ਕੇ ਸਾਡੀ ਸਾਰੀ ਟੀਮ ਵੀ ਜਿਹੜੀ ਹੈ ਇਹਨਾਂ ਨੂੰ ਵੀ ਅਸੀਂ ਇਹ ਕਿਹਾ ਵੀ ਕਿਤੇ ਜਾ ਕੇ ਇਕੱਠ ਨਹੀਂ ਕਰਨਾ। ਜੇ ਸਾਰੀ ਜਿਹੜੀ ਲੋਕਾਂ ਦੀ ਸੇਵਾ ਕਰਨੀ ਹੈ, ਹੁਣ ਤੱਕ ਅਸੀਂ ਇਹੀ ਕਰ ਰਹੇ ਹਾਂ ਕਿ ਨਾਲ ਪ੍ਰਸ਼ਾਸਨ ਨੂੰ ਨਾਲ ਲੈ ਕੇ ਹੀ ਜਿਹੜੀ ਲੋਕਾਂ ਦੀ ਜਿਹੜਾ ਰਾਸ਼ਨ ਪਹੁੰਚਾਉਣ ਦਾ ਕੰਮ ਕਰ ਰਹੇ ਹਾਂ। ਸੋ ਅੱਗੇ ਤੋਂ ਵੀ ਅਸੀਂ ਸੇਵਾ ਦੇ ਵਿੱਚ ਕਮੀ ਨਹੀਂ ਆਉਣ ਦਿੰਦੇ। ਜਿੰਨਾ ਟਾਈਮ ਵੀ ਰੱਬ ਕਰੇ ਕਿ ਅਸੀਂ ਛੇਤੀ ਇਸ ਬਿਮਾਰੀ 'ਤੇ ਕਾਬੂ ਪਾ ਲਈ, ਪਰ ਜਿੰਨਾ ਟਾਈਮ ਵੀ ਰਿਲੀਫ ਦਾ ਕੰਮ ਚੱਲਦਾ ਰਹੂਗਾ ਸਾਡੀ ਟੀਮ ਉਨਾ ਟਾਈਮ ਲੱਗੀ ਰਹੂਗੀ। ਪਰ ਪ੍ਰਸ਼ਾਸਨ ਨੂੰ ਨਾਲ ਲੈ ਕੇ ਪ੍ਰਸ਼ਾਸਨ ਦੇ ਥਰੂ ਹੀ ਜਿਹੜੀ ਇਹ ਰਿਲੀਫ ਦਾ ਕੰਮ ਹੈ ਅਸੀਂ ਉਹ ਚਲਾ ਕੇ ਰੱਖਾਂਗੇ। ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਵੀ ਸਾਥੀ ਸੇਵਾ ਕਰਨੀ ਚਾਹੁੰਦੇ ਆ ਕਿ ਉਹ ਪ੍ਰਸ਼ਾਸਨ ਨੂੰ ਨਾਲ ਲੈ ਕੇ ਪ੍ਰਸ਼ਾਸਨ ਦੇ ਥਰੂ ਕਰੋ। ਆਪਣੇ ਲੈਵਲ 'ਤੇ ਅਸੀਂ ਕਰਦੇ ਕਿਤੇ ਕੋਈ ਵੱਡਾ ਨੁਕਸਾਨ ਨਾ ਕਰ ਦਈਏ, ਅਸੀਂ ਇਹ ਚੇਨ ਨੂੰ ਤੋੜਨ ਦਾ ਕੰਮ ਨਾ ਕਰੀਏ। ਅਤੇ ਦੂਜੀ ਬੇਨਤੀ ਮੈਂ ਉਹਨਾਂ ਲੋਕਾਂ ਨੂੰ ਕਰਨੀ ਚਾਹੁੰਦਾ, ਕਿਉਂਕਿ ਕਈ ਜਗ੍ਹਾ ਤੋਂ ਮੈਨੂੰ, ਕਿਉਂਕਿ ਮੈਂ ਸ਼ਹਿਰ 'ਚ ਜਾਣਾ ਅਸੀਂ ਰਹਿੰਦੇ ਹਾਂ, ਸਾਰੇ ਸ਼ਹਿਰ ਨੂੰ ਜਾਣਦੇ ਹਾਂ, ਕਈ ਇੱਦਾਂ ਦੇ ਮਤਲਬ ਕਿ ਕਿਸੇ ਵੀ ਸਾਹਮਣੇ ਆਇਆ ਕਿ ਉਹ ਲੋਕ ਵੀ ਰਾਸ਼ਨ ਲਈ ਜਾਂਦੇ ਆ ਜਿਨ੍ਹਾਂ ਦੇ ਘਰੇ ਦੋ ਦੋ ਮੁਲਾਜ਼ਮ ਨੇ, ਉਹ ਲੋਕ ਵੀ ਰਾਸ਼ਨ ਲਈ ਜਾਂਦੇ ਆ ਜਿਨ੍ਹਾਂ ਨੂੰ ਇੱਕ ਦਿਨ ਪਹਿਲਾਂ ਮਿਲ ਗਿਆ, ਅਗਲੇ ਨੂੰ ਭੇਜ ਲਿਆ। ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਇੱਦਾਂ ਦੇ ਲੋਕ ਵੀ ਕਈ ਹੈਗੇ ਜਿਹੜੇ ਪੰਜ ਪੰਜ ਦਿਨਾਂ ਤੋਂ ਛੇ ਛੇ ਦਿਨਾਂ ਤੋਂ ਭੁੱਖੇ ਬੈਠੇ ਆ। ਇਹ ਟਾਈਮ ਜਮ੍ਹਾਂਖੋਰੀ ਕਰਨ ਦਾ ਟਾਈਮ ਨਹੀਂ, ਇਹ ਟਾਈਮ ਹਿੰਦੁਸਤਾਨ ਨਾਲ ਖੜਨ ਦਾ, ਪੰਜਾਬ ਦੇ ਨਾਲ ਖੜਨ ਦਾ। ਇਸ ਜਿਹੜੀ ਵੱਡੀ ਮਹਾਮਾਰੀ ਆਈ ਹੈ, ਕੋਈ 100 ਸਾਲ ਦੇ ਬਾਅਦ ਆਈ ਹੈ, ਇਹਦੇ 'ਚੋਂ ਕੱਢਣ ਦਾ ਟਾਈਮ ਹੈ। ਤੁਸੀਂ ਆਪਣਾ ਇਤਿਹਾਸ ਦੇਖੋ ਯਾਰ, ਸਾਡੇ ਗੁਰੂ ਤਾਂ ਨਾਨਕ ਦੇਵ ਜੀ ਪਹਿਲਾਂ ਕਹਿ ਕੇ ਵੰਡ ਕੇ ਛਕੋ। ਸਾਡੇ ਗੁਰੂਆਂ ਨੇ, ਸਾਡੇ ਜਿਹੜੇ ਪੁਰਖਿਆਂ ਨੇ, ਉਹਨਾਂ ਨੇ 6-6 ਮਹੀਨੇ ਮਤਲਬ ਖਾ ਖਾ ਵੀ ਜਿਹੜੇ ਦਰੱਖਤਾਂ 'ਤੇ ਲੜਾਈਆਂ ਲੜੀਆਂ ਨੇ। ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਲੜਾਈ ਬੜੀ ਵੱਡੀ ਹੈ, ਇਹਨੂੰ ਗੰਭੀਰਤਾ ਨਾਲ ਲਈਏ। ਅਸੀਂ ਸਾਰੇ ਇਸ 'ਤੇ ਕਾਬੂ ਤਾਂ ਪਾ ਸਕਾਂਗੇ, ਅਸੀਂ ਸਾਰੇ ਲੋਕ ਜੇ ਇਕਜੁੱਟ ਹੋ ਕੇ ਲੜਾਂਗੇ। ਮੈਂ ਦੇਖ ਰਿਹਾ ਕਿ ਸਾਡੇ ਬਰਨਾਲੇ 'ਚ ਸਾਰੇ ਲੋਕ ਸਾਥ ਦੇ ਰਹੇ ਆ, ਸਾਡੇ ਪੱਤਰਕਾਰ ਭਰਾਵਾਂ ਨੇ ਵੀ ਕੱਲ੍ਹ ਪ੍ਰਸ਼ਾਸਨ ਦੇ ਨਾਲ ਲੱਗ ਕੇ ਆਪਣੇ ਲੈਵਲ 'ਤੇ, ਉਹਨਾਂ ਨੇ ਵੀ ਆਪਣੀਆਂ ਜੇਬਾਂ 'ਚੋਂ ਗਰੀਬ ਲੋਕਾਂ ਤੱਕ ਲੰਗਰ ਪਹੁੰਚਾਇਆ। ਸਾਡੇ ਪੈਨਸ਼ਨਰ ਨੇ ਜਿਹੜੇ ਬਰਨਾਲੇ ਦੇ, ਉਹ ਵੀ ਲੰਗਰ ਪਹੁੰਚਾ ਰਹੇ, ਹਰ ਕੋਈ ਬੰਦਾ ਕਰ ਰਿਹਾ। ਪਰ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਇਹਨੂੰ ਇਸ ਤਰੀਕੇ ਨਾਲ ਨਾ ਕਿਤੇ ਕਰੀਏ ਕਿ ਮੈਂ ਦੁਬਾਰਾ ਕਹਿੰਦਾ ਕਿ ਅਸੀਂ ਫਾਇਦਾ ਕਰਨ ਦੀ ਬਜਾਏ ਨੁਕਸਾਨ ਕਰ ਦਈਏ। ਸੋ ਮੈਂ ਉਮੀਦ ਕਰਦਾ ਕਿ ਸਾਰੇ ਅਸੀਂ ਇਸੇ ਤਰ੍ਹਾਂ ਪੰਜਾਬ ਦੇ ਸੱਚੇ ਨਾਗਰਿਕ ਬਣ ਕੇ, ਪੁਰਖ ਬਣ ਕੇ ਇਸੇ ਤਰ੍ਹਾਂ ਸੇਵਾ ਕਰਦੇ ਰਹਾਂਗੇ, ਆਪਣੇ ਘਰਾਂ 'ਚ ਬੈਠਾਂਗੇ, ਸਰਕਾਰ ਦੀਆਂ ਜੋ ਹਦਾਇਤਾਂ ਨੇ ਉਹਨਾਂ ਦੀ ਪਾਲਣਾ ਕਰਾਂਗੇ, ਕਾਨੂੰਨ ਨੂੰ ਹੱਥ 'ਚ ਲਵਾਂਗੇ। ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਅਤੇ ਪਰਮਾਤਮਾ ਅੱਗੇ ਅਰਦਾਸ ਵੀ ਕਰਦਾ ਕਿ ਇਸੇ ਤਰ੍ਹਾਂ ਅਸੀਂ ਇਕਜੁੱਟ ਹੋ ਕੇ ਲੜਾਈ ਲੜੀਏ। ਅਤੇ ਲੜਾਈ 'ਤੇ ਪੂਰੇ ਦੁਨੀਆ 'ਚ ਸਭ ਤੋਂ ਪਹਿਲਾਂ ਮੈਂ ਕਾਮਨਾ ਕਰਦਾ ਕਿ ਇਸ ਲੜਾਈ 'ਤੇ ਜਿਹੜਾ ਵਾਇਰਸ ਦੇ ਵਿੱਚ ਲੜਾਈ ਹੈ, ਕਾਬੂ ਪਾਉਣ ਵਾਲਾ ਜਿਹੜਾ ਜਿੱਤ ਪ੍ਰਾਪਤ ਕਰਨ ਵਾਲਾ ਹਿੰਦੁਸਤਾਨ ਸਾਡਾ, ਤੁਹਾਡੀ ਸਾਰਿਆਂ ਦੀ ਮਿਹਨਤ ਨਾਲ ਪਹਿਲਾਂ ਮੁਕਦਾ ਹੈ। ਬਹੁਤ ਬਹੁਤ ਧੰਨਵਾਦ।